ਅਸੀਂ ਤਾਂ ਤੁਹਾਡੀ ਵਾਈਟ ਲੈਣੀ ਆਏ ਆ, ਅਸੀਂ ਕਿਹੜਾ ਕੋਈ ਤੁਹਾਨੂੰ ਤੁਹਾਡਾ ਪੱਖ ਲੈਣੇ ਆਏ ਆ, ਅਸੀਂ ਕਿਹੜਾ ਕੋਈ ਤੁਹਾਡੇ ਖਿਲਾਫ ਕੋਈ ਗੱਲ ਬਸ ਖਿੱਚ ਲਈ ਫੋਟੋ ਬਸ ਜਾ ਜੀ ਸਿੱਧੀ ਗੱਲ ਤਾਂ ਇਹ ਪੱਖ ਨਹੀਂ ਸੀ ਪੈਸੇ ਬਣਾਉਣੇ ਕਿਹਨੇ ਡਿਮਾਂਡ ਕੀਤੀ ਕੌਣ ਕਹਿੰਦਾ ਪੈਸੇ ਬੋਲੀ ਜਾਂਦੇ ਸਾਡੇ ਤੇ ਦੋਸ਼ ਲਾ ਰਹੇ ਤੁਸੀਂ ਇਹ ਕਹੇ ਜੀ ਚੈਨਲ ਤੋਂ ਬਵਾਦ ਤਾਂ ਜੀ ਟੀਚਰਾਂ ਦੀ ਅੱਜ ਵੀ ਬੋਲੀ ਗਲਤ ਆ ਇਹ ਸਾਰੇ ਤੁਹਾਨੂੰ ਬੱਚੇ ਦੱਸਣਗੇ ਜਾਂ ਹੋਰ ਪੇਰ ਮਾਂ ਬਾਪ ਦੱਸਣਗੇ ਵੀ ਮਾਂ ਬਾਪ ਨੂੰ ਵੀ ਕਿਵੇਂ ਬੋਲੇ ਨੇ ਕੀ ਮੰਗ ਕਰਦੇ ਹੋ ਸਰਪੰਚ ਮੰਗ ਤਾਂ ਜੀ ਜਿਹੜੇ ਮੁਤਾਬਕ ਇਹਦੀ ਵੀਡੀਓ ਚੱਲ ਰਹੀ ਆ ਮਤਲਬ ਸਾਹਮਣੇ ਆ ਵੀ ਗਧੇ ਕੁੱਟ ਵਾਲੀ ਇਹ ਤਾਂ ਬਰਖਾਸਤ ਚਾਹੀਦਾ ਜੀ ਉੱਥੇ ਬੱਚਿਆਂ 'ਤੇ ਦਬਾਉ ਅੱਜ ਵੀ ਪੈ ਰਿਹਾ ਵੀ ਤੁਸੀਂ ਉਹ ਨਾ ਕਰੋ ਵੀ ਨਹੀਂ ਤੁਹਾਨੂੰ ਇੱਥੋਂ ਕੱਢ ਦਾਂਗੇ ਬੱਚਿਆਂ ਨਾਲ ਮਤਲਬ ਵੀ ਜਿਹੜਾ ਇਹ ਟੀਚਰ ਆ ਉਰੇ ਰੱਖਿਆ ਜਾਊਗਾ ਜਦੋਂ ਨਾ ਅੰਦਰ ਜਿਹਨੂੰ ਆਪਾਂ ਆਪਣਾ ਨਾਮ ਸਿੰਘ ਜੀ ਮੈਂ ਐਕਸ ਮੈਂਬਰ ਪੰਚਾਇਤ ਹਾਂ ਬਾਈ ਦੇ ਨਾਲ ਮੈਂ ਆਇਆ ਸੀਗਾ ਸਵੇਰੇ ਸ਼ਮਸ਼ਾਨ ਘਾਟ ਤੋਂ ਅਸੀਂ ਅਚਾਨਕ ਹੀ ਆ ਗਏ ਜਦੋਂ ਇੱਥੇ ਆ ਕੇ ਸਥਿਤੀ ਦੇਖੀ ਨਾ ਇੱਥੇ ਗੁਰੂ ਸ਼ੇਸ਼ ਵਾਲੀ ਤਾਂ ਕੋਈ ਸਥਿਤੀ ਹੋਣੀ ਸੀ ਇੱਥੇ ਤਾਂ ਇੱਕ ਜੰਗ ਦਾ ਮੈਦਾਨ ਦੀ ਤਰ੍ਹਾਂ ਬੱਚਿਆਂ ਨੂੰ ਮਤਲਬ ਘੂਰਿਆ ਜਾ ਰਿਹਾ ਸੀ ਬੱਚੇ ਇੱਥੋਂ ਤੱਕ ਅਸੀਂ ਜਦੋਂ ਬੱਚਿਆਂ ਨੂੰ ਮੈਂ ਮਿਲਿਆ ਮੈਂ ਕਦੇ ਸਕੂਲ 'ਚ ਨਹੀਂ ਆਇਆ ਮੈਂ 10 ਸਾਲ ਪਹਿਲਾਂ ਮੈਂਬਰ ਪੰਚਾਇਤ ਰਹਿ ਲਿਆ ਪਰ ਹੁਣ ਅਸੀਂ ਕਦੇ ਨਹੀਂ ਆਏ ਕਿਉਂਕਿ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਬੱਚਿਆਂ ਨੂੰ ਪੁੱਛਿਆ ਬੱਚੇ ਕਹਿੰਦੇ ਅੰਕਲ ਜੀ ਇੱਕ ਗੱਲ ਸੁਣ ਲਓ ਜਾਂ ਤਾਂ ਫਿਰ ਸਾਨੂੰ ਇੱਥੋਂ ਲੈ ਜਾਓ ਮੇਰੇ ਮੈਂ ਭਾਵਕ ਹੋ ਗਿਆ ਮੈਂ ਮੈਡਮ ਕੋਲ ਵੀ ਭਾਵਕ ਹੋਇਆ ਪ੍ਰਿੰਸੀਪਲ ਸਾਹਿਬ ਲਵੇ ਵੀ ਜਾਂ ਫਿਰ ਤੁਸੀਂ ਸਾਡਾ ਕੋਈ ਹੱਲ ਕਰ ਦਿਓ ਅਸੀਂ ਆਖਿਆ ਵੀ ਹੱਲ ਤਾਂ ਬੇਟੇ ਆਏ ਨਹੀਂ ਆਪਾਂ ਨੇ ਆਪਾਂ ਟੇਬਲ ਟਾਕ ਕਰਦੇ ਹਾਂ ਪ੍ਰਿੰਸੀਪਲ ਸਾਹਿਬ 2-4 ਮਿੰਟ ਅਸੀਂ ਡੀਕ ਕੀਤੀ ਮਤਲਬ ਉਹਨਾਂ ਦੇ ਆਫਿਸ 'ਚ ਉਹ ਬਾਅਦ 'ਚ ਆਏ ਕਿਉਂਕਿ ਇਹ ਉੱਧਰ ਉਲਝੇ ਹੋਏ ਸੀਗੇ ਬੱਚਿਆਂ 'ਚ ਉਹ ਟੀਚਰ ਦੇ ਨਾਲ ਸੀਗੇ ਉਦੋਂ ਬਾਅਦ ਜੀ ਉਹਦੇ ਵਿੱਚ ਮੈਂ ਹਾਂ ਸਰਪੰਚ ਹੈ ਅਸੀਂ ਲਿਆਕਤ ਨਾਲ ਬੈਠੇ ਹਾਂ ਪ੍ਰਿੰਸੀਪਲ ਸਾਹਿਬ ਨੇ ਪਾਣੀ ਪਿਆ ਸਾਨੂੰ ਅਤੇ ਅਸੀਂ ਪੀਤਾ ਉਹ ਟੀਚਰ ਸਾਹਿਬ ਲਾ ਲਏ ਉਹਨੇ ਜਦੋਂ ਮੈਂ ਉਹਨਾਂ ਨਾਲ ਆਰਗੂਮੈਂਟ ਕੀਤਾ ਉਹਨਾਂ ਮੈਂ ਆਖਿਆ ਮਹਾਂਵੀਰ ਜੀ ਆਪਣੇ ਸੱਟ ਲੱਗ ਜਾਂਦੀ ਅਸੀਂ ਉਹਨੂੰ ਪੈਚਅਪ ਕਰਨ ਆਇਆ ਨਾ ਕਿ ਉਹਨੂੰ ਖਦੇੜਨ ਆਇਆ ਤੁਹਾਡੀ ਲੈਂਗੁਏਜ ਆ ਜਿਹੜੀ ਉਹ ਮੇਰੇ ਨਾਲੋਂ ਵੀ ਕਿਤੇ ਮਤਲਬ ਮੈਂ ਘਟੀਆਂ ਨਹੀਂ ਕਹਿੰਦਾ ਪਰ ਮੇਰੇ ਨਾਲ ਵੀ ਮੈਚ ਨਹੀਂ ਖਾਂਦੀ ਮੈਂ ਇੱਕ ਨੋਰਮਲ ਬੰਦਾ ਆਪਾਂ ਉਹ ਤੁਹਾਡੇ ਬੱਚੇ ਨੇ ਮੈਂ ਫਿਰ ਗੁਰਬਾਣੀ ਦੀ ਵੀ ਉਹਨਾਂ ਨੂੰ ਉਦਾਹਰਨ ਦਿੱਤੀ ਵੀ ਗੁਰਬਾਣੀ 'ਚ ਲਿਖਿਆ ਹੋਇਆ ਵੀ ਪਿਤਾ ਬੱਚੇ ਨੂੰ ਘੂਰ ਦਿੰਦਾ ਉਹ ਫਿਰ ਗੱਲ ਨਾਲ ਲਾ ਲੈਂਦਾ ਤੁਸੀਂ ਹੁਣ ਜੇ ਇਹਨਾਂ ਨੂੰ ਘੂਰ ਤਾਂ ਇਹਨਾਂ ਨੂੰ ਗੱਲ ਨਾਲ ਕਿਉਂ ਨਹੀਂ ਲਾਉਂਦੇ ਪਰ ਉਹ ਇੱਕ ਵੀ ਇਸ ਗੱਲ 'ਤੇ ਨਹੀਂ ਆਏ ਫਿਰ ਮੈਂ ਉਹਨਾਂ ਨੂੰ ਆਖਿਆ ਮਹਾਂ ਯਾਰ ਇਹ ਤੁਹਾਡੀ ਟੀਚਰਾਂ ਵਾਲੀ ਤਾਂ ਕੋਈ ਲੈਂਗੁਏਜ ਲੱਗਦੀ ਨਹੀਂ ਅਸੀਂ ਬਾਹਰ ਚਲੇ ਗਏ ਦੂਸਰੇ ਟੀਚਰ ਵੀ ਜਿਵੇਂ ਮਲੋਪਲੀ ਨਹੀਂ ਹੁੰਦੀ ਗੁੰਡਾਗਰਦੀ ਤਾਂ ਲੋਕ ਬਹੁਤ ਦੇਖੀ ਹੈ ਪਰ ਮਲੋਪਲੀ ਇੱਕ ਹੋਰ ਤਰ੍ਹਾਂ ਦੀ ਹੁੰਦੀ ਉਹ ਵੀ ਗੁੰਡਾਗਰਦੀ ਦਾ ਰੂਪ ਧਾਰਨ ਕਰ ਗਈ ਉਹ ਕਿਸੇ ਵੀ ਟੀਚਰ ਨੇ ਐਂ ਦੇਖਿਆ ਵੀ 1-2 ਨੂੰ ਛੱਡ ਕੇ ਵੀ ਸਰ ਚਲੋ ਕੋਈ ਗੱਲ ਨਹੀਂ ਜੀ ਉਹਦੀ ਪੱਖ 'ਚ ਪੂਰਾ ਖੜ੍ਹੇ ਉਹ ਕਹਿੰਦਾ ਜੀ ਮੈਂ ਤਾਂ ਡਿਸਿਪਲਿਨ ਕਾਇਮ ਰੱਖਣਾ ਮੈਂ ਆਖਿਆ ਵੀ ਕਾਇਮ ਰੱਖਣ ਵਾਸਤੇ DP ਹੁੰਦਾ ਸਕੂਲ 'ਚ ਜਾਂ ਪ੍ਰਿੰਸੀਪਲ ਸਾਹਿਬ ਹੁੰਦੇ ਨੇ ਚਲੋ ਆਪਾਂ ਇਹ ਮੰਨਦੇ ਹਾਂ ਵੀ ਤੁਸੀਂ ਨੇ ਅਨੁਸ਼ਾਸਨ ਕਾਇਮ ਰੱਖਣਾ ਅਨੁਸ਼ਾਸਨ ਕਾਇਮ ਰੱਖਣ ਦੇ ਹੋਰ ਵੀ ਮਤਲਬ ਬਹੁਤ ਸਾਰੇ ਤਰੀਕੇ ਨੇ ਆਪਾਂ ਕਾਗਜ਼ੀ ਕਾਰਵਾਈ ਕਰਦੇ ਹਾਂ ਕਿਸੇ ਬੱਚੇ ਦੇ ਪੇਰੈਂਟਸ ਨੂੰ ਕਿਉਂਕਿ 1-2 ਬੱਚਿਆਂ ਦਾ ਨਾਂ ਕੱਟ ਦਿੰਦੇ ਦੂਜਿਆਂ ਨੂੰ ਉਹ ਹੋ ਜਾਂਦਾ ਉਹਨਾਂ ਨੇ ਫਿਰ ਸਾਨੂੰ ਜਦੋਂ ਹੌਲੀ ਹੌਲੀ ਕਿਸੇ ਰਾਹ 'ਤੇ ਨਹੀਂ ਆਏ ਜੀ ਅਸੀਂ ਬਾਹਰ ਨਿਕਲ ਗਏ ਇੱਥੇ ਪਬਲਿਕ ਜਿਹੜੀ ਹੈਗੀ ਸੀ ਪੇਰੈਂਟਸ ਦੀ ਕੋਈ ਪਬਲਿਕ ਨਹੀਂ ਦੀ ਇੱਥੇ ਟ੍ਰੈਜਡੀ ਹੋਈ ਸੀਗੀ ਉਹਦਾ ਫੁੱਲ ਚੁੱਕਣਾ ਅਤੇ ਰੌਲਾ ਪੈਂਦੇ ਨੂੰ ਦੇਖ ਕੇ ਹਰੇਕ ਆ ਜਾਂਦਾ ਉਹ ਅੰਦਰ ਆ ਗਏ ਅੰਦਰ ਆਉਣ 'ਤੇ ਉਹਨੂੰ ਇਹੀ ਗੱਲ ਸਾਰਿਆਂ ਨੇ ਆਖੀ ਵੀ ਯਾਰਾ ਦੇਖ ਤੂੰ CCTV ਫੁਟੇਜ ਦੇਖ ਤੂੰ ਕਿਵੇਂ ਕੁੱਟ ਰਿਹਾ ਅੱਜ ਦੇ ਜ਼ਮਾਨੇ 'ਚ ਤਾਂ ਕਹਿੰਦੇ ਹੁੰਦੇ ਨੇ ਵੀ ਸਟੂਡੈਂਟ ਗੁੰਡਾਗਰਦੀ ਕਰਦੇ ਨੇ ਕਾਲਜਾਂ 'ਚ ਸਕੂਲਾਂ 'ਚ ਪਰ ਮੈਂ ਪਹਿਲੀ ਵਾਰੀ ਦੇਖਿਆ ਜਿਹੜੇ ਸਕੂਲ 'ਚ ਮੈਂ ਪੜ੍ਹਿਆ ਨਾ ਛੋਟਾ ਹੁੰਦਾ ਉਹ ਸਕੂਲ ਦੇ ਟੀਚਰ ਮੈਂ ਉਹਨੂੰ ਗੁੰਡੇ ਨਹੀਂ ਕਹਿੰਦਾ ਫਿਰ ਵੀ ਆਪਣੀ ਘੱਟਦੀ ਆ ਟੀਚਰਾਂ ਦੀ ਘੱਟਦੀ ਹੈ ਅਤੇ ਉਹਨਾਂ ਨੇ ਇਹੋ ਜਿਹੇ ਮੇਰੇ ਅੱਖਾਂ 'ਚ ਰੋਣ ਆ ਗਿਆ ਉਹਨੇ ਇੱਕ ਬੱਚਾ ਨਹੀਂ ਕੁੱਟਿਆ ਪਹਿਲੀ 'ਚ ਉਹਨਾਂ ਨੇ ਇੱਕ ਢਾਇਆ ਜਿੱਥੇ ਬੱਚਾ ਐਂ ਖੜ੍ਹਾ ਫਿਰ ਉਹਨੇ ਦੂਆ ਢਾਇਆ 12ਵੀਂ ਦੇ ਸਟੂਡੈਂਟ ਨੇ ਤੁਸੀਂ ਦੇਖੋ 16 ਸਟੂਡੈਂਟ ਨੇ ਇੱਕ ਕਲਾਸ 'ਚ ਜਿਹੜੇ ਨੂੰ ਉਹ ਕੁੱਟ ਰਿਹਾ ਇਕੱਲਾ ਬੰਦਾ ਤੁਸੀਂ ਐਂ ਸੱਚੋ ਮੈਂ ਉਹਨੂੰ ਟੀਚਰ ਨੂੰ ਆਖਿਆ ਮਾਂ ਜੀ ਤੁਸੀਂ ਇਹਨਾਂ ਦੀ ਤਾਂ ਛੱਡੋ ਤੁਹਾਡੀ ਕੀ ਸੇਫਟੀ ਹੈ ਤੁਹਾਡੇ ਕੋਲ ਕੀ ਸਿਕਿਉਰਿਟੀ ਇੰਨੇ ਨੌਜਵਾਨ ਬੱਚਿਆਂ ਨੂੰ ਕੁੱਟ ਕੇ ਤੁਸੀਂ ਜਾ ਰਹੇ ਹੋ ਫਿਰ ਕਿੱਡੇ ਕਿੱਡੇ ਇਸ਼ੂ ਹੁੰਦੇ ਨੇ ਸਾਡੇ ਨਾਲ ਨਾ ਬਲਿਆਲ ਪਿੰਡ ਸੀਗਾ ਉਦੋਂ ਮੈਰੀਟੋਰੀਆ ਸਕੂਲ ਸੀ ਉਹ ਟੀਚਰ ਬੱਚਿਆਂ ਨੇ ਕੁੱਟਦਾ ਸਾਰੇ ਹਲਕੇ ਨੇ ਨਿੰਦਿਆ ਕੀਤੀ ਪੇਰੈਂਟਸਾਂ ਨੂੰ ਮਾੜਾ ਕਿਹਾ ਗਿਆ ਪਰ ਕਿਉਂ ਇਹ ਹਾਲਾਤ ਇੱਥੋਂ ਹੀ ਪੈਦਾ ਹੁੰਦੇ ਨੇ ਮੈਂ ਆਖਿਆ ਸਟੂਡੈਂਟ ਲਾਈਫ ਸਭ ਤੋਂ ਖਤਰਨਾਕ ਲਾਈਫ ਹੁੰਦੀ ਹੈ ਅਸੀਂ ਜਾਣੀ ਦੀ ਯਾਰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕੀ ਕੀਤਾ ਆਪ ਦੀ ਜਿਹੜੀ ਪਾਵਰ ਤੀ ਟੀਚਰਾਂ ਨੇ ਵਰਤ ਕੇ ਅਸੀਂ ਇੱਥੋਂ ਚਲੇ ਗਏ ਲੋਕਾਂ ਨੂੰ ਕਹਿਤਾ ਆਪਾਂ ਕੱਲ੍ਹ ਨੂੰ ਮਸਲਾ ਹੱਲ ਕਰਾਂਗੇ ਉਹਨਾਂ ਨੇ ਉਹ ਟੀਚਰ ਕਿਤੇ ਦਾਖਲ ਕਰਤਾ ਪ੍ਰਸ਼ਾਸਨ ਅਧਿਕਾਰੀ ਸਾਨੂੰ ਫੋਨ ਗਿਆ ਸੀ ਸਰਪੰਚ ਸਾਹਿਬ ਦੀ ਅੱਜ ਪੇਸੀ ਸੀਗੀ ਵੀ ਜੀ ਤੁਹਾਡੇ 'ਤੇ ਇਹ ਨਹੀਂ ਤੁਹਾਡੇ ਕਿੰਨਾ ਚਿਰ ਰਹਿੰਦਾ ਜੀ ਸਰਪੰਚੀ ਦਾ ਇਹ ਕਹਿੰਦਾ ਵੀ ਇਹ ਤਾਂ ਕੋਈ ਮਸਲਾ ਨਹੀਂ ਕਿੰਨਾ ਚਿਰ ਰਹਿੰਦਾ ਨਾ ਰਹਿੰਦਾ ਤੁਸੀਂ ਚਾਹੇ ਮਤਲਬ ਉਰੇ ਉਹਦੇ 'ਤੇ ਇੱਕ ਘੰਟਾ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਬੜੀ ਅਸੀਂ ਵਧੀਆ ਕਹਿੰਦੇ ਜੀ ਤੁਸੀਂ ਹੁਣੀ ਆਓ ਨਹੀਂ ਤੁਹਾਡੇ 'ਤੇ ਮਤਲਬ ਖਿਲਾਫ ਕਾਰਵਾਈ ਅਸੀਂ ਆਖਿਆ ਜੀ ਅਸੀਂ ਅੱਧੇ ਪੌਣੇ ਘੰਟੇ 'ਚ ਆ ਗਏ ਹੁਣ ਅਸੀਂ ਤਕਰੀਬਨ ਕਿੰਨੇ ਵਜੇ ਨੇ ਅਸੀਂ ਸਕੂਲ 'ਚ ਪਹੁੰਚ ਗਏ ਇੱਥੋਂ ਹੁਣ ਕੋਈ ਨਹੀਂ ਹੈਗਾ ਹੁਣ ਸਾਨੂੰ SHO ਸਾਹਿਬ ਨੇ ਬੁਲਾਇਆ ਗਿਆ ਥਾਣੇ ਅਸੀਂ ਬੜੇ ਇਮਾਨ ਅਤੇ ਇੱਜ਼ਤ ਨਾਲ ਥਾਣੇ ਪਹੁੰਚਾਂਗੇ ਜੇ ਸਾਡੀ ਕੋਈ ਪ੍ਰਸ਼ਾਸਨ ਸੁਣਵਾਈ ਕਰੂਗਾ ਤਾਂ ਠੀਕ ਹੈ ਨਹੀਂ ਚਲੋ ਇੱਥੇ ਧੱਕਾ ਦੁਨੀਆ ਨਾਲ ਹੁੰਦਾ ਐ ਸਮਝ ਲੈ ਇੱਕ ਸਰਪੰਚ ਨਾਲ ਹੋਰ ਧੱਕਾ ਹੋਊਗਾ ਅੱਛਾ ਜੀ ਮਾਮਲਾ ਕੀ ਹੈਗਾ ਮਾਮਲਾ ਵੀਰ ਜੀ ਮੇਰਾ ਬੱਚਾ ਉਰੇ ਪਲੱਸ 2 ਦੀ ਉਹ ਕਰ
ਕੁੱਟਦੇ ਹੁੰਦੇ ਆ। ਚਲੋ ਮਾਸਟਰਾਂ ਨੂੰ ਹੱਕ ਹੁੰਦਾ ਵੀ ਘੂਰਨ ਉਹਨੂੰ ਮਾੜਾ ਮੋਟਾ ਜਿਵੇਂ ਵੀ ਕਰਨ, ਕੁੱਟਣ ਦਾ ਵੀ ਉਹਨਾਂ ਦਾ ਹੱਕ ਬਣਦਾ, ਪਰ ਉਹ ਵੀ ਲਿਮਿਟ ਦੇ ਹਿਸਾਬ ਨਾਲ ਕਾਨੂੰਨ ਦੇ ਦਾਇਰੇ 'ਚ। ਉਹ ਤਾਂ ਵੀਰ ਜੀ ਇੱਦਾਂ ਕੁੱਟ ਰਿਹਾ ਜਿਵੇਂ ਆਪਾਂ ਝੋਟਿਆਂ ਨੂੰ ਕੁੱਟਦੇ ਹੁੰਦੇ ਹਾਂ। ਫਿਰ ਜਦੋਂ ਉਹਨਾਂ ਦੀ ਉਹ ਕੈਮਰਾ ਖਿਲਾਇਆ ਉਹਦੇ ਵਿੱਚ ਬਿਲਕੁਲ ਸਹੀ ਦੀ ਰਿਹਾ ਵੀ ਕੁੱਟ ਰਿਹਾ, ਅਤੇ ਉਦੋਂ ਬਾਅਦ ਵੀਰ ਜੀ ਪਿੰਡ ਦਾ ਹੋ ਗਿਆ ਇਕੱਠਾ, ਅਸੀਂ ਸਾਰੇ ਉੱਥੇ ਵੱਗ ਗਏ। ਜਦੋਂ ਉਹਨਾਂ ਨੂੰ ਅਸੀਂ ਉਹ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਵੀਡੀਓ ਸ਼ੁਰੂ ਹੋਣੇ ਲੱਗੀ ਤੀ, ਅਤੇ ਉਹ ਮਾਸਟਰ ਨੇ ਮੈਨੂੰ ਭੈਣਾਂ ਦੀਆਂ ਗਾਲਾਂ ਬਹੁਤ ਜ਼ਿਆਦਾ ਗੰਦੀਆਂ ਕੱਢੀਆਂ, ਬੇਹੱਦ ਕੱਢੀਆਂ। ਉਹ ਸਾਰੇ ਨਗਰ ਨੂੰ ਪਤਾ ਹੈ ਵੀ ਹਾਂ ਗਾਲਾਂ ਇਹ ਦੇ ਰਿਹਾ ਹੈਗਾ। ਹਾਂਜੀ, ਤੁਹਾਡੇ ਸਕੂਲ ਦੇ ਬੱਚੇ ਤਾਂ ਕਹਿ ਰਹੇ ਨੇ ਵੀ ਸਾਨੂੰ ਮਾਸਟਰ ਗਲਤ ਤਰੀਕੇ ਨਾਲ ਟ੍ਰੀਟ ਕਰਦਾ, ਗਾਲਾਂ ਕੱਢਦਾ ਮਾਮਾ ਭੈਣਾਂ ਦੀਆਂ, ਤੁਹਾਡੇ ਨਾਲ ਵੀ ਮਾਸਟਰ ਨੇ ਇੱਦਾਂ ਦਾ? ਹਾਂਜੀ ਹਾਂਜੀ ਵੀਰ ਜੀ, ਮੇਰੇ ਨਾਲ ਕੀਤਾ ਕਮ ਸੇ ਕਮ 200 ਬੰਦੇ ਦੇ ਇਕੱਠ ਦੇ ਵਿੱਚ। ਅੱਛਾ, ਤੁਸੀਂ ਪ੍ਰਿੰਸੀਪਲ ਨਾਲ ਨਹੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ? ਹਾਂਜੀ ਵੀਰ ਜੀ, ਜਦੋਂ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਇਹ ਸਾਰੇ ਅਧਿਆਪਕ ਨੇ ਨਾ ਜਿਹੜੇ ਇਹ ਮਿਲੇ ਹੋਏ ਨੇ ਸਾਰੇ, ਇਹ ਹਾਂ ਇਹ ਸਾਰੇ ਪੱਖ ਪੂਰਨ ਨੇ ਉਸੇ ਇਕੱਲੇ ਦਾ। ਇੱਕ ਪਾਸੇ ਉਹਨੂੰ ਇਕੱਲੇ ਨੂੰ ਬਣਾ ਰਹੇ ਨੇ ਸੱਚਾ, ਇੱਧਰਲੇ ਪਾਸੇ 100 ਬੰਦਾ ਹੈਗਾ ਅਤੇ ਉਹਨਾਂ ਨੂੰ ਬਣਾ ਰਹੇ ਨੇ ਝੂਠਾ, ਬਾਕੀ ਆ ਬੱਚੇ ਨੇ ਇਹਨਾਂ ਨੂੰ ਪੁੱਛ ਲਓ।